ਮੈਡਮ ਕਾਈਂਡਲੀ ਚਲੇ ਜਾਓ, ਤੁਸੀਂ ਚਲੇ ਜਾਓ ਇੱਥੋਂ ਫੰਕਸ਼ਨ। ਜਦੋਂ ਜੇ 1 ਵਜੇ ਕਿਹਾ ਸੀ ਤੇ ਉਹਨਾਂ ਨਾਲ ਲੱਗ ਕਰੋ, ਆਹ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ। ਨਹੀਂ ਪਤਾ ਤਾਂ ਤੁਸੀਂ ਪਤਾ ਰੱਖਿਆ ਕਰੋ ਜੀ, ਫਿਰ ਆਉਣ ਦੀ ਨਹੀਂ ਲੋੜ। ਤੁਹਾਨੂੰ ਇਸ ਕਰਕੇ ਆਏ ਹੋ ਨਾ ਵੀ ਇੱਥੇ ਮਿਨਿਸਟਰ ਬੈਠੇ, ਇਸ ਕਰਕੇ ਸੱਦਿਆ ਗਿਆ ਤੁਹਾਨੂੰ? ਹੁਣ ਹੁਣ ਨਹੀਂ, ਹੁਣ ਨਹੀਂ ਆਉਣਾ। ਪੰਜਾਬ ਵਿੱਚ ਅਫਸਰਸ਼ਾਹੀ ਦੀ ਲੇਟ ਲਤੀਫੀ ਅਤੇ ਮਨਮਰਜ਼ੀ ਦੀ ਮਿਸਾਲ ਵੇਖਣ ਨੂੰ ਮਿਲੀ ਬੁੱਧਵਾਰ ਨੂੰ ਲੁਧਿਆਣਾ ਦੇ ਵਿੱਚ, ਜਿੱਥੇ ਇੱਕ ਸਮਾਗਮ ਦੇ ਵਿੱਚ ਮੰਤਰੀ ਅਤੇ ਸਾਂਸਦ ਤਾਂ ਪਹੁੰਚੇ ਹੋਏ ਸਨ ਪਰ ਪ੍ਰੋਗਰਾਮ ਜਦ ਆਪਣੇ ਸ਼ੁਮਾਰ ਤੇ ਸੀ ਤਾਂ ਜ਼ਿਲ੍ਹਾ ਸਿੱਖਿਆ ਅਫਸਰ ਬੜੀ ਹੀ ਦੇਰ ਨਾਲ ਪਹੁੰਚੇ, ਜਿਸ ਨੂੰ ਵੇਖ ਕੇ ਮੰਤਰੀ ਜੀ ਭੜਕ ਗਏ ਅਤੇ ਅਫਸਰ ਦੀ ਮੌਕੇ ਤੇ ਹੀ ਕਲਾਸ ਲੈ ਲਈ। ਜਦੋਂ ਜੇ 1 ਵਜੇ ਕਿਹਾ ਸੀ ਤੇ ਉਹਨਾਂ ਨਾਲ ਲੱਗ ਕਰੋ, ਆਹ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅੱਗੇ ਹੱਥ ਜੋੜ ਕੇ ਮੁਆਫ਼ੀ ਮੰਗ ਰਹੀ ਇਹ ਮਹਿਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਹੈ, ਜਿਸ ਨੂੰ ਕਿ ਕੈਬਨਿਟ ਮੰਤਰੀ ਦੇ ਵੱਲੋਂ ਇਸ ਕਰਕੇ ਝਿੜਕਾਂ ਪਈਆਂ ਸਨ ਕਿਉਂਕਿ ਉਹ ਸਕੂਲ ਦੇ ਇੱਕ ਸਮਾਗਮ ਦੇ ਵਿੱਚ ਦੇਰੀ ਨਾਲ ਪੁੱਜੇ ਸਨ, ਜਿਸ ਕਾਰਨ ਗੁੱਸੇ ਦੇ ਵਿੱਚ ਆਏ ਮੰਤਰੀ ਸਾਹਿਬ ਨੇ ਉਹਨਾਂ ਨੂੰ ਸਮਾਗਮ ਦੇ ਵਿੱਚ ਬਾਹਰ ਜਾਣ ਦੇ ਲਈ ਕਹਿ ਦਿੱਤਾ। ਨਹੀਂ ਪਤਾ ਤਾਂ ਤੁਸੀਂ ਪਤਾ ਰੱਖਿਆ ਕਰੋ ਜੀ, ਫਿਰ ਆਉਣ ਦੀ ਨਹੀਂ ਲੋੜ, ਫਿਰ ਆਉਣ ਦੀ ਨਹੀਂ ਲੋੜ। ਪਰ ਜਦੋਂ ਸਮਾਗਮ ਖਤਮ ਹੋਣ ਤੋਂ ਬਾਅਦ ਮੰਤਰੀ ਸਾਹਿਬ ਜਾਣ ਲੱਗੇ ਤਾਂ ਇਸ ਮਹਿਲਾ ਸਿੱਖਿਆ ਅਧਿਕਾਰੀ ਨੇ ਮੰਤਰੀ ਸਾਹਿਬ ਨੂੰ ਰੋਕਦਿਆਂ ਹੋਇਆਂ ਹੱਥ ਜੋੜ ਕੇ ਮੁਆਫ਼ੀ ਮੰਗੀ। ਇਸ ਬਾਰੇ ਜਦੋਂ ਪੱਤਰਕਾਰਾਂ ਨੇ ਕੈਬਨਿਟ ਮੰਤਰੀ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੁਝ ਵੀ ਨਾ ਬੋਲਦੇ ਹੋਏ ਚਲੇ ਗਏ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕੈਬਨਿਟ ਮੰਤਰੀ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਅਤੇ ਕਈ ਲੀਡਰਾਂ ਅਤੇ ਆਮ ਲੋਕਾਂ ਦੇ ਵੱਲੋਂ ਮੰਤਰੀ ਜੀ ਦੇ ਇਸ ਵਿਹਾਰ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਤਰਸੇਮ ਭਾਰਦਵਾਜ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।